ਡੀਐਸਪੀ ਸਬ ਡਿਵੀਜ਼ਨ ਸ਼ਾਹਪੁਰ ਦਾ ਚਾਰਜ ਮਾਨਯੋਗ ਡੀਪੀ ਪੰਜਾਬ ਸ੍ਰੀ ਗੌਰਵ ਜੰਦ ਜੀ ਔਰ ਐਸਐਸਪੀ ਹਰਪ੍ਰੀਤ ਸਿੰਘ ਖੱਟ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਗ੍ਰਹਿਣ ਕੀਤਾ ਅਮਰਿੰਦਰ ਕੌਰ ਸਾਹਿਬ ਔਰ ਪੰਜਾਬ ਸਰਕਾਰ ਦੀਆਂ ਜੋ ਗਾਈਡਲਾਈਨਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਅਨੁਸਾਰ ਇਲਾਕੇ 'ਚ ਲਾ ਐਂਡ ਆਰਡਰ ਨੂੰ ਬਰਕਰਾਰ ਰੱਖਣਾ ਮੇਰੀ ਪਹਿਲ ਹੋਵੇਗੀ ਔਰ ਨਾਲ ਨਾਲ ਜੋ ਪੰਜਾਬ 'ਚ ਨਸ਼ਿਆਂ ਦਾ ਮੁੱਦਾ ਹੈਗਾ ਉਹਨੂੰ ਕਲੀਅਰ ਕਰਨ ਲਈ ਹਰ ਤਰ੍ਹਾਂ ਦਿਨ ਰਾਤ ਕੀਤਾ ਜਾਵੇਗਾ। ਜਿਹੜੇ ਇਲਾਕੇ 'ਚ ਨਸ਼ਾ ਵੇਚਣ ਵਾਲੇ ਹੈਗੇ ਨੇ ਉਹਨਾਂ ਨੂੰ ਕਾਨੂੰਨ ਦੇ ਤਹਿਤ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਬੰਦ ਕੀਤਾ ਜਾਵੇਗਾ ਔਰ ਜਿਹੜੇ ਇਸ ਬਿਮਾਰੀ 'ਚ ਲੁਪਤ ਹੋ ਚੁੱਕੇ ਨੇ ਬਿਮਾਰ ਹੋ ਚੁੱਕੇ ਨੇ ਉਹਨਾਂ ਦਾ ਇਲਾਜ ਕਰਵਾਉਣ ਲਈ ਪਬਲਿਕ ਨੂੰ ਤੁਹਾਡੇ ਜ਼ਰੀਏ ਬੇਨਤੀ ਹੈ ਕਿ ਉਹ ਸਾਡੇ ਨਾਲ ਸੰਪਰਕ ਕਰਨ ਅਤੇ ਅਸੀਂ ਉਹਨਾਂ ਨੂੰ ਪਿੰਡ ਦਾ ਇਲਾਜ ਕਰਵਾਉਣ ਲਈ ਹਰ ਤਰ੍ਹਾਂ ਉਪਰਾਲਾ ਕੀਤਾ। ਜੋ ਅੱਜ ਦੇ ਅਜੋਕੇ ਸਮੇਂ ਅਨੁਸਾਰ ਨਵੇਂ ਕਾਨੂੰਨ ਦੀਆਂ ਦਾਤਾਂ ਹਰ ਤਰ੍ਹਾਂ ਦੀਆਂ ਇੰਪਲੀਮੈਂਟ ਕੀਤੀਆਂ ਜਾਣਗੀਆਂ, ਬਜ਼ੁਰਗਾਂ ਨੂੰ, ਲੇਡੀਜ਼ ਨੂੰ ਉਹਨਾਂ ਦੇ ਘਰ ਜਾ ਕੇ ਇਨਸਾਫ ਦੇਣ ਲਈ ਹਰ ਤਰ੍ਹਾਂ ਦਾ ਐਫਰਟ ਕੀਤਾ ਜਾਣਗਾ। ਥਾਣਿਆਂ 'ਚ, ਇਲਾਕਾ ਥਾਣਾ 'ਚ ਲਾ ਐਂਡ ਆਰਡਰ ਬਰਕਰਾਰ ਰੱਖਣ ਲਈ ਨਾਕੇ ਗਸ਼ਤਾਂ ਮੇਰੇ ਵੱਲੋਂ ਖੁਦ ਇੰਪਲੀਮੈਂਟ ਕੀਤੀਆਂ ਜਾਣਗੀਆਂ। ਜਿਹੜੇ ਮਾੜੇ ਅਨਸਰ ਹੈ, ਕੋਈ ਬਿੱਲੜ ਆ, ਹੁਲੜ ਬਾਜ ਆ, ਬਿਨਾਂ ਨੰਬਰ ਪਲੇਟਾਂ ਘੁੰਮਦੇ ਆ, ਉਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੁਛ ਟਰੈਕਟਰਾਂ 'ਤੇ ਵੀ ਵੱਡੇ ਸਪੀਕਰ ਲਾਏ ਆ ਜਾਂ ਉਹਨਾਂ ਨੇ ਨੰਬਰ ਪਲੇਟਾਂ ਨਹੀਂ ਲਾਈਆਂ, ਇਸ ਤਰ੍ਹਾਂ ਇਹ ਵੀ ਵਹੀਕਲਾਂ 'ਤੇ ਲੋੜ ਅਨੁਸਾਰ ਪੂਰੀ ਕਾਰਵਾਈ ਕੀਤੀ ਜਾਵੇ। ਜਿਹੜੇ ਬੱਚੇ ਆ 18 ਸਾਲ ਤੋਂ ਘੱਟ, ਉਹਨਾਂ ਨੂੰ ਅਸੀਂ ਪਹਿਲਾਂ ਵੀ ਵੱਖ ਵੱਖ ਸਮੇਂ ਰਿਕੁਐਸਟ ਕੀਤੀ ਆ ਕਿ ਉਹਨਾਂ ਦੇ ਮਾਂ ਪਿਓ ਵਹੀਕਲ ਨਾ ਦੇਣ ਔਰ ਬਾਕੀ ਜੋ ਅੱਜ ਵੀ ਇਸ ਗੱਲ ਤੋਂ ਨਹੀਂ ਸਮਝੇ ਉਹਨਾਂ ਦੇ ਵੀ ਕਾਨੂੰਨ ਦਾ ਸਜ਼ਾ ਦੱਸਿਆ ਜਾਵੇ। ਹਰ ਥਾਣੇ 'ਚ ਪਬਲਿਕ ਦੀ ਹਰ ਸੁਣਵਾਈ ਹੋਣ ਲਈ ਪੁਲਿਸ ਸਾਡੇ 24 ਘੰਟੇ ਹਾਜ਼ਰ ਹੈ। ਮੈਂ ਵੀ ਆਪਣੇ ਦਫ਼ਤਰ ਆਪਣੇ ਇਲਾਕੇ 'ਚ 24 ਘੰਟੇ ਲਈ ਪਬਲਿਕ ਦੀ ਹਰ ਗੱਲ ਸੁਣਨ ਲਈ, ਹਰ ਕੇਸ ਲਈ ਹਾਜ਼ਰ ਹੈ। ਪਬਲਿਕ ਨੂੰ ਮੇਰੀ ਰਿਕੁਐਸਟ ਹੈ ਕਿ ਮੈਨੂੰ ਹਮੇਸ਼ਾ ਡਾਇਰੈਕਟਲੀ ਆਪਣੇ ਕੰਮ ਦੱਸ ਸਕਦੇ ਆ ਕਿ ਤਾਂ ਕਿ ਮੈਂ ਉਹਨਾਂ ਦਾ ਸਮੇਂ ਸਿਰ ਕੰਮ ਕਰ ਸਕਾਂ। ਕੁਛ ਇਨਸਾਨ ਬਿਨਾਂ ਗੱਲ ਤੋਂ ਇੱਧਰ ਉੱਧਰ ਥਾਣਿਆਂ 'ਚ ਜਾਂ ਦਫ਼ਤਰਾਂ 'ਚ ਘੁੰਮਦੇ ਆ, ਉਹਨਾਂ ਨੂੰ ਵੀ ਰਿਕੁਐਸਟ ਹੈ ਕਿ ਉਹ ਪੁਲਿਸ ਨੂੰ ਆਪਣਾ ਕੰਮ ਕਰਨ ਦੇਣ ਤਾਂ ਕਿ ਪੁਲਿਸ ਲੋਕਾਂ ਦਾ ਸਮੇਂ ਸਿਰ ਇਨਸਾਫ ਦੇ। ਜਿਹੜਾ ਇਨਸਾਨ ਪੁਲਿਸ ਦੇ ਕੰਮ 'ਚ ਬਿਨਾਂ ਵਜ੍ਹਾ ਭੜਕਾੜ ਆਉਂਦਾ, ਉਹਨਾਂ ਨੂੰ ਵੀ ਅਸੀਂ ਗੁਜ਼ਾਰਿਸ਼ ਕਰਾਂ ਕਿ ਉਹ ਇਹੋ ਜਿਹਾ ਕੰਮ ਨਾ ਕਰਨ। ਅਸੀਂ ਹਰ ਇਨਸਾਨ ਨੂੰ ਬਿਨਾਂ ਕਿਸੇ ਪਾਰਟੀ ਵਾਰ ਤੋਂ ਸਤਿਕਾਰ ਦੇਣ ਲਈ ਸਾਡੀ ਡਿਊਟੀ ਹੈ ਔਰ ਅਸੀਂ ਦੇਵਾਂਗੇ। ਅਤੇ ਜੋ ਮੀਡੀਆ ਨੇ ਬਹੁਤ ਵੱਡਾ ਰੋਲ ਪੰਜਾਬ ਦੀ ਖੁਸ਼ਹਾਲੀ ਲਈ ਅਦਾ ਕੀਤਾ, ਤੁਹਾਡਾ ਵੀ ਧੰਨਵਾਦ। ਔਰ ਤੁਹਾਡੇ ਜ਼ਰੀਏ ਹਰ ਇਨਸਾਨ ਤੱਕ ਅਸੀਂ ਰਿਕੁਐਸਟ ਕਰਦੇ ਹਾਂ ਕਿ ਉਹ ਪੁਲਿਸ ਨੂੰ ਸਪੋਰਟ ਕਰਨ ਤਾਂ ਕਿ ਅਸੀਂ ਲਾਅ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰ ਸਕੀਏ ਔਰ ਪਬਲਿਕ ਜਿਹੜੀ ਹੈ ਉਹ ਆਪਣੇ ਸੁਖੀ ਜੀਵਨ ਆਪਣੇ ਘਰਾਂ ਮੁਹੱਲਿਆਂ 'ਚ ਗੁਜ਼ਾਰਨ। ਔਰ ਪੰਜਾਬ ਸਰਕਾਰ ਦੀਆਂ ਜਿਹੜੀਆਂ ਗਾਈਡਲਾਈਨ ਹੈਗੀਆਂ ਸਮੇਂ ਸਮੇਂ 'ਤੇ ਆਈਆਂ, ਕੋਈ ਵਿਹਲੜ ਹਥਿਆਰ ਲੈ ਕੇ ਘੁੰਮਦਾ ਜਾਂ ਬਾਹਰ ਆਪਣਾ ਸ਼ੋਅ ਅਪ ਕਰਦਾ ਉਹ ਵੀ ਨਾ ਕਰਨ। ਔਰ ਜਿਹੜੇ ਮੇਲੇ ਤਿਉਹਾਰ ਹੈਗੇ ਆ ਉਹ ਜਿੱਥੇ ਵੀ ਕਿਸੇ ਸੱਜਣ ਨੇ ਕਰਾਉਣਾ ਚਾਹੁੰਦੇ ਆ, ਕੋਈ ਸੰਸਥਾ ਕਰਾਉਣਾ ਚਾਹੁੰਦੀ ਹੈ, ਉਹ ਕਿਰਪਾ ਕਰਕੇ ਆਪਣੀਆਂ ਮਜ਼ਬੂਰੀਆਂ ਲੈ ਤਾਂ ਕਿ ਅਸੀਂ ਉਹਨਾਂ ਦੀ ਢੁੱਕਵੀਂ ਜਗ੍ਹਾ 'ਤੇ ਉਹਨਾਂ ਨੂੰ ਸਪੋਰਟ ਵੀ ਕਰੀਏ ਅਤੇ ਉੱਥੇ ਉਹ ਆਪਣੇ ਆਰਾਮ ਨਾਲ ਕਰਾ ਵੀ ਸਕਣ। ਥੈਂਕ ਯੂ।